सत श्री अकाल जी, तुसी देख रहे हो जी अपना ही चैनल रॉयल टीवी। मित्रों की हाल चाल ने ताडे, आई होप सारे ठीक ही होगे। करने की कोशिश ना करो, गाना सी रजिस्टर कराया हुआ है, नोटरी स्टैंप लगाई हुई है, बस की दादे ना जा साहब ना गल होई पी है, डर सी होन नहीं है यार। गाने तो अपने सारे हो रजिस्टर है। हां जी, ते तुहाडे सारेयां दी प्रजोर फरमाइश च लाल जी एक गाना होर सुनाणगे। एक मिनट पहले लोग ला लीजिए, बाद च बंद हो जाएंगे। लग गया भरावा अनपड़ा। चलो चलो, ओ परी धाणी सीधा रख फोन, तू कोई गल नहीं। चलो, ओ परी धाणी बन गई कनेडा जा के, कनेडा च चाकदी है सानू टेढ़ा टेढ़ा जा के, टेढ़ा च जिन्ने बनी सी हुंदी तां प्यार का तो पाया, जिन्ने बनी सी हुंदी तां प्यार का तो पाया, साडे इश्के दे वरके सवा कर गई, एसपी ना लाली कुड़े फोड़दा ए दुख साडी जिंदगी दा, कुड़े सवा कर गई, एसपी ना लाली कुड़े फोड़दा ए दुख साडी जिंदगी दा, कुड़े फिर पतीना की। हाँ जी, तो स्नैपचैट बाकी स्टोरी मुकर वाली है, तो मैंने देखो थोड़ी देर चेक करो। हाँ जी, तो स्नैपचैट ये स्टोरी वाली हम करिए, बस तुम भी किन्नी देर देखी जाओगे। ते यार हजे आप घर जाके, चल गाने तो सुना ही दिते, गाने तो सुनाते हूँ, घर जाके तुम कुछ दिखाओगे। लिखते रहो, बड़ी मस्त चीज आनी, गां देखियो तुसीं आउंदा की भुलेखा भाई लोकां नूं। ओ नहीं, सच्ची भुलेखा नहीं, इहदे कोई गल नहीं, इधर एसपी नाल मेरे नवें नवें लिखे गाने ओह सुनाउणे आ, ओ जा अपनी पै जांदी इहनां नूं। जरा की लाइट चेक कर, ग्लो ऐदां करदा आराम हुंदा होएगा फिर तू यार। इग्नोर, जस्ट इग्नोर, इधर मेरे को गल नहीं आंदी। चलो चलो कोई ना, मेरा मैनू कोई गल नहीं आंदी, कोई गल कर, हौसला ही है हुण। चल कोई ओ मैं चंगा, हौसला नहीं, मेरा ब्याह करा है, कर ला तू। हां जी, उहनूं कहण डिया, तुहानूं नहीं कहण डिया, अपने बेबी नूं कह रहा, तुसीं ना भुलेखा खांदे रहो कि मैनूं कहण डिया। मैं क्या अपनी ट्रांसपोर्ट है, निकलदी भी गड्डी हुण। हां जी, तां मित्रो बड़े ज्यादे मैसेज आउण डिया कि आ गाणा किहदा आ, सानूं गाणा दस दो, गाणा दस दो। ਇਹ ਗਾਣਾ ਅਫੀਸ਼ਲੀ ਕਿਤੇ ਨਹੀਂ ਰਿਲੀਜ਼ ਹੋਇਆ, ਨਾ ਹੀ ਕਿਸੇ ਦੇ ਗਾਣਾ, ਇਹ ਆਪਣੇ ਗਾਣੇ ਆ, ਇਸ ਬੰਦੇ ਨੇ ਲਿਖੇ ਹੋਏ ਆ, ਠੀਕ ਆ। ਅਤੇ ਇਹ ਗਾਣੇ ਸਾਰੇ ਸਾਡੇ ਆਪਣੇ ਆ, ਇਹ ਗਾਣਾ ਕਿਸੇ ਵੀ ਚੈਨਲ 'ਤੇ ਕਿਸੇ ਵੀ ਯੂਟਿਊਬ ਦੇ ਉੱਤੇ ਨਹੀਂ ਤੁਹਾਨੂੰ ਦਿਸਣਾ, ਇਹ ਗਾਣੇ ਉੱਦਾਂ ਰਜਿਸਟਰ ਆ ਗਾਣੇ ਇਸ ਨਾਮ 'ਤੇ ਕਿ ਹਾਂ ਵੀ ਆਹ ਗਾਣਾ ਇਸ ਬੰਦੇ ਨੇ ਕੀਤਾ, ਤਾਂ ਆਹ ਬੰਦਾ ਅਫੀਸ਼ਲੀ ਕਰੂਗਾ। ਅਤੇ ਇਸ ਕਰਕੇ ਇਹਨੂੰ ਚੋਰੀ ਕਰਨ ਦੀ ਵੀ ਕੋਸ਼ਿਸ਼ ਤਾਂ ਨਾ ਕਰਿਓ, ਠੀਕ ਆ। ਅਤੇ ਦੂਜੀ ਗੱਲ, ਆਹੀ ਜਿਹੜਾ ਅਸੀਂ ਪਾਇਆ ਹੋਇਆ ਵਾ, ਆਹੀ ਗਾਣਾ ਆ, ਇਹਨੂੰ ਹੀ ਸੁਣ ਸਕਦੇ ਤੁਸੀਂ, ਇਹਨੂੰ ਹੀ ਰਿਕਾਰਡਿੰਗ ਕਰ ਸਕਦੇ ਆ, ਉੱਦਾਂ ਆਹ ਗਾਣਾ ਅਫੀਸ਼ਲੀ ਕਿਸੇ ਵੀ ਚੈਨਲ 'ਤੇ ਨਹੀਂ ਹੈਗਾ। ਜੇ ਤੁਹਾਨੂੰ ਅਫੀਸ਼ਲੀ ਕੋਈ ਹੋਰ ਬੰਦਾ ਆਹ ਗਾਣਾ ਪਾਉਂਦਾ ਜਾਂ ਗਾਉਂਦਾ ਦਿਸਦਾ ਆ, ਤਾਂ ਤੁਸੀਂ ਸਾਨੂੰ ਦੱਸਿਓ, ਉਹ ਬੰਦੇ ਨਾਲ ਅਸੀਂ ਆਪ ਨਿਪਟ ਲਵਾਂਗੇ। ਹਾਂਜੀ, ਅਤੇ ਸਨੈਪਚੈਟ ਹੀ ਉਹ, ਸਤਿ ਸ਼੍ਰੀ ਅਕਾਲ। ਤੁਹਾਨੂੰ ਮੈਨੂੰ ਕਾਫੀ ਮੈਸੇਜ ਆ ਰਹੇ ਸੀ ਕਿ ਤੁਸੀਂ ਸਟੋਰੀ ਨਹੀਂ ਪਾ ਰਹੇ, ਕਿਉਂ ਨਹੀਂ ਪਾ ਰਹੇ, ਅਤੇ ਮੈਂ ਥੋੜ੍ਹਾ ਮੂਡ ਔਫ ਸੀਗਾ, ਮੇਰਾ ਕਹਿੰਦਾ ਮੂਡ ਜਿੱਦਾਂ ਐਪਸਡ ਜਿਹਾ ਸੀਗਾ, ਅਤੇ ਤਾਂ ਕਰਕੇ ਅੱਜ ਫਿਰ ਮੈਂ ਆਹ ਮੁੰਡੇ ਨੂੰ ਮਿਲਿਆ, ਆਹ ਸੋਹਣੇ ਜਿਹੇ ਮੁੰਡੇ ਨੂੰ ਦੇਖ ਕੇ ਮੇਰਾ ਬਾਗੋ ਬਾਗ ਹੋ ਗਿਆ, ਮੇਰਾ ਮੂਡ ਸਹੀ ਹੋ ਗਿਆ ਨਾਲ ਹੀ, ਅਤੇ ਇਸ ਕਰਕੇ ਫਿਰ ਮੈਂ ਅੱਜ ਸਟੋਰੀ ਬਣਾ ਰਿਹਾ। ਇਹਦੀ ਮੈਂ ਆਈਡੀ ਨਹੀਂ ਮੈਂਸ਼ਨ ਕਰਨੀ, ਇਹ ਪਹਿਲੇ ਸੈੱਟ ਆ ਗਿਆ ਨਾ, ਕੀ ਪਤਾ ਉਹ ਵੀ ਦੇਖਦੀ ਹੋਈ ਸਟੋਰੀ, ਉਹ ਦੇਖ ਸਕਦੀ ਹੈ, ਦੇਖ ਸਕਦੀ ਹੈ, ਅਤੇ ਦੇਖ ਲਾ ਜੇ ਤੂੰ ਸਟੋਰੀ ਇਹਦੀ ਸਹੇਲੀ ਸਟੋਰੀ ਦੇਖ ਰਹੀ, ਤਾਂ ਦੇਖ ਲਓ, ਮੈਨੂੰ ਕਹਿ ਨਹੀਂ ਰਿਹਾ ਕਿ ਆਈਡੀ ਮੈਂਸ਼ਨ ਕਰ, ਨਹੀਂ ਮੇਰੀ ਨਾ ਕਰੋ। ਹਾਂ, ਇਹ ਚਾਕੜ ਬੜੀ, ਜੇ ਕੋਈ ਰਿਕੁਐਸਟ ਭੇਜ ਵੀ ਦੇਵੇ ਨਾ, ਮੈਂ ਨਹੀਂ ਚੱਕਦਾ ਹੀ ਨਹੀਂ, ਮੈਂ ਚੱਕਦਾ ਹੀ ਨਹੀਂ ਹੈਗਾ, ਜਾਂ ਆਕੜ ਕਹਿ ਲਓ ਜਾਂ ਡਰ ਕਹਿ ਲਓ ਸਾਡੀ ਦਾ, ਨਹੀਂ ਡਰ ਨਹੀਂ ਕਹਿ ਸਕਦੇ ਇਹਨੂੰ ਆਪਾਂ, ਮੈਂ ਉਦਾਂ ਹੀ ਆਏ ਦਾ ਘਰ ਲੱਗ ਗਈ ਹੈ, ਅਨਨੋਨ ਬੰਦੇ ਐਡ ਨਹੀਂ ਕਰਦਾ, ਬਾਕੀ ਮੈਂ ਮੰਮੀ ਨੂੰ ਪਛਾ ਦੇਣਾ ਜੇ ਕੋਈ ਗੱਲ ਹੋਵੇ। ਅਤੇ ਇੱਕ ਹੋਰ ਮੈਂ ਗੱਲ ਕਰਨੀ, ਉਹ ਮੈਂ ਤੈਨੂੰ ਅਗਲੀ ਸੋਚ ਕਰਦਾ, ਮੁੱਕਣ ਵਾਲੀ ਹੈ ਬਸ ਇਹ ਮੌਕੀ। ਹਾਂਜੀ, ਤਾਂ ਸਨੈਪਚੈਟ ਦੀ ਜਿਹੜੀ ਮੈਂ ਗੱਲ ਕਰਨੀ ਸੀ, ਉਹ ਗੱਲ ਪਹਿਲਾਂ ਮੈਂ ਤੁਹਾਨੂੰ ਦਿਖਾਵਾਂ, ਪਹਿਲਾਂ ਦੇਖੋ ਦੇਖੋ ਇਹ ਦੇਖੋ, ਉਹ ਸੂਰਜ ਦੇਖੋ, ਸਾਡੇ ਘਰ ਤੋਂ ਬੱਦਲ, ਸੂਰਜ, ਮੀਂਹ, ਹਵਾ, ਹਨੇਰੀ, ਸਭ ਕੁਝ ਦੇਖਦਾ ਜਨਤਾ, ਮੀਂਹ ਪੈ ਜਾਏਗੀ, ਮੀਂਹ ਦੀ ਫੋਟੋ ਵੀਡੀਓ ਬਣਾ ਬਣਾ ਕੇ, ਵੈਦਰ ਵੈਦਰ ਇੱਕ ਤਾਂ ਮੱਖੀ ਨੇ ਜਾਣ ਵਾਲੀ ਕੋਈ ਗੱਲ ਕਰਨ ਲੱਗ, ਰੋਡ ਵੀ ਦੇਖਦਾ ਆਪਣੇ, ਹਾਂ ਰੋਡ, ਸੜਕਾਂ 'ਤੇ ਜਾਂਦੇ ਹੋਣਗੇ, ਸੜਕਾਂ ਦਿਖਾਈ ਜਾਣਗੇ, ਉਹ ਦੂਰ ਤੱਕ ਪਰ ਇਹ ਨਹੀਂ ਕਿ ਬੰਦਾ ਚਲੋ ਤੁਸੀਂ ਜਾ ਰਹੇ ਦਿਖਾ ਰਹੇ ਕਿ ਹਾਂ ਤੁਸੀਂ ਜਾ ਰਹੇ ਕਿਤੇ, ਉਹ ਗੱਡੀ 'ਚ ਗਾਣਾ ਲੱਗਾ ਤਾਂ ਜਿੰਨੇ ਦਿਨ ਗਾਣਾ ਮੌਕਦਾ ਨਹੀਂ, ਉਹ ਸਟੋਰੀਆਂ ਵਿੱਚ ਸਨੈਪਾਂ ਹੀ ਭੇਜਣ ਯਾਰ, ਬੜੀ ਹੁੰਦੀ ਇੱਕ ਅੱਧੀ ਬਹੁਤ ਹੁੰਦੀ ਪਤਾ ਲੱਗਾ, ਪਰ ਜਿਹੜੇ ਬੱਦਲ ਵਾਲਾ ਸਿਸਟਮ ਗਿੜ ਜਾਂਦਾ, ਐਂ ਕਰਕੇ ਫੋਟੋ ਭੇਜਦੇ ਨਾ, ਇਹ ਇੱਦਾਂ ਕਰਕੇ ਨਾਲੇ ਹੱਥ ਕਈ ਰਿਹਾ ਕੀਤਾ ਹੁੰਦਾ,
ਨਹੀਂ ਐਦਾਂ ਐਦਾਂ ਪਤਾ ਨਹੀਂ ਕੀ ਤੈਨੂੰ ਕਰਨਾ ਆਉਂਦਾ ਇਹ ਕਰ ਤੂੰ ਵੀ ਕਰਦਾ ਰਿਹਾ ਲੱਗਦਾ ਮੈਨੂੰ ਤੇ ਆਉਂਦਾ ਵੀ ਨਹੀਂ ਐਂ ਕਰਕੇ ਨਾ ਐਂ ਤੇ ਉੱਤਰ ਤੇ ਲਿਖਿਆ ਹੋਊਗਾ ਵੈਦਰ ਵੈਦਰ ਬੇਟੇ ਮੂੰਹ ਸਾਡੇ ਵੀ ਦੇਖਦਾ ਫਾਇਦਾ ਹੋ ਗਿਆ ਕੋਠੇ ਆਉਣ ਦਾ ਉਹ ਮੇਰੀ ਹੈ ਕਹਿੰਦਾ ਇਹਨੂੰ ਲੱਗਾ ਕਰੇ ਡੋਰ ਪੈਣ ਦੀ ਕੋਠੇ ਤੇ ਪਤੰਗ ਲੱਭ ਗਿਆ ਲੈ ਵੀ ਕਿੱਡਾ ਖੁਸ਼ ਹੋ ਗਿਆ ਸੀ ਪਾਸਤਾ ਲਿਆ ਨਾ ਕਰਨ ਵਾਲੀ ਕੋਈ ਗੱਲ ਹੈ ਇਹ ਚ ਤੇ ਆਪਾਂ ਕੋਠੇ ਤੇ ਤਾਂ ਆਏ ਕਿ ਸਾਡੇ ਸਾਡੇ ਕੋਠੇ ਤੇ ਦੇਖੋ ਰੋਡ ਵੀ ਹੈਗਾ ਦੇਖਦਾ ਸਾਡੇ ਗੱਡੀਆਂ ਦੇਖਦੀਆਂ ਆ ਟ੍ਰਾਂਸਫਾਰਮ ਵੀ ਦੇਖਦੇ ਆ ਉਹ ਹੱਥ ਉਤਰਾ ਲਾ ਲਈ ਕਿਸੇ ਦਿਨ ਮਾਮਾ ਸਾਡੇ ਘਰ ਉਹ ਸਭ ਕੁਝ ਦੇਖਦਾ ਤੇ ਕਿਰਪਾ ਕਰਕੇ ਸਾਨੂੰ ਨਾ ਦਿਖਾਇਆ ਕਰੋ ਬੋਤਾ ਦਿਖਾਉਣਾ ਤੇ ਇੱਕ ਅੱਧੀ ਭੇਜਿਆ ਕਰੋ ਮੀਂਹ ਪੈਣਾ ਸ਼ੁਰੂ ਹੁੰਦਾ ਤੇ ਮੀਂਹ ਪਈਏ ਪਾਈ ਜਾਣਗੇ ਮੀਂਹ ਪਾਈ ਜਾਣਗੇ ਪੇਜੀ ਜਾਣਗੇ ਮੀਂਹ ਦੀਆਂ ਹੀ ਦੋਈ ਬੋਲ ਬੋਲ ਕੇ ਸਾਹ ਚੜ ਗਿਆ ਤੇ ਬਾਕੀ ਸਨੈਪਚੈਟ ਹੀ ਉਹ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਥੋੜ੍ਹਾ ਲਿਆ ਕਰਿਆ ਕਰੋ ਇਹਦੇ ਹਾਲ ਦੇਖ ਲਓ ਪਹਿਲੇ ਮੈਨੂੰ ਪੁੱਛਿਆ ਪਾਸਤਾ ਖਾਣਾ ਅਤੇ ਮੁੜ ਕੇ ਹੁਣ ਮੈਂ ਕਿਹਾ ਮੰਗਾ ਲਿਆ ਅਤੇ ਹੁਣ ਕਹੀ ਜਾਂਦਾ ਕੱਲ੍ਹ ਬਣਾਇਆ ਸੀ ਉੱਦਾਂ ਅਤੇ ਮੈਂ ਕਿਹਾ ਕੱਲ੍ਹ ਦਾ ਖੁਆਏਗਾ ਨਹੀਂ ਨਹੀਂ ਉੱਦਾਂ ਪਿਆ ਸੀ ਇੱਥੇ ਬਸ ਇੱਦਾਂ ਦੇ ਬੰਦੇ ਸਿੱਧਾ ਭਰਾਵਾ ਕਹਿੰਦੇ ਨਹੀਂ ਖਵਾਉਣਾ ਮਨਾ ਕਰ ਦਿੰਦਾ ਆਹ ਬੋਰਨ ਲਿਆ ਵਾ ਕਿੱਥੇ 11 ਕਿੱਥੇ ਗਿਆ ਤੇਰਾ ਬੜੀਆਂ ਫੋਟੋ ਬੰਦਾ ਸੀ 11 ਦੀਆਂ ਆ ਗਿਆ ਨਾ 10 ਤੇ ਹੋ ਗਈ ਨਾ ਡਿਮੋਸ਼ਨ ਹੋ ਗਈ ਕੈਂਡ ਆਉਂਦੀ ਫੋਟੋ ਖਿੱਚ ਹਾਏ ਲੋਕੋ ਇੱਧਰ ਦੇਖੋ ਛੋੜੋ ਚੈੱਕ ਕਰੋ ਉੱਤੇ ਬੱਦਲ ਚੈੱਕ ਕਰੋ ਸਾਡੇ ਕਿੱਦਾਂ ਦੇ ਆਉਂਦੇ ਆ ਇੱਦਾਂ ਦੇ ਬੱਦਲ ਆਉਂਦੇ ਤੁਹਾਡੇ ਮੈਨੂੰ ਪਤਾ ਤੁਹਾਨੂੰ ਮੁੰਡਾ ਸੋਹਣਾ ਲੱਗ ਰਿਹਾ ਪਰ ਸੈੱਟ ਨਹੀਂ ਕਰਾਉਣਾ ਮੈਂ ਇਹ ਸੈੱਟ ਹੈ ਪਹਿਲਾਂ ਹੀ ਫੋਟੋ ਖਿੱਚੇਗਾ ਮੇਰੀ ਪੱਕਾ ਫਿਰ ਮੈਂ ਪੋਸਟ ਨਹੀਂ ਕਰਨੀ ਚੱਲਦੀ ਯਾਰ ਫੋਟੋ ਖਿੱਚਣ ਲੱਗੇ ਆਣੋ ਲਾਈਕ ਕਮੈਂਟ ਕਰਿਓ ਉੱਤੇ ਹਾਂਜੀ ਅਤੇ ਸਨੈਪਚੈਟ ਹੀ ਉਹ ਮੁੰਡਾ ਨੂੰ ਸੈੱਟ ਤਾਂ ਮੈਂ ਤੁਹਾਡੇ ਨਾਲ ਨਹੀਂ ਕਰਾ ਸਕਦਾ ਆਈ ਐਮ ਰੀਅਲੀ ਸੋਰੀ ਅਤੇ ਪਰ ਇਹ ਮੁੰਡਾ ਫੋਟੋਗ੍ਰਾਫਰ ਹੈ ਜਾਂ ਕਹਿ ਲਓ ਇਹਦਾ ਚਾਚਾ ਫੋਟੋਗ੍ਰਾਫਰ ਹੈ ਅਤੇ ਆਪ ਵੀ ਕਰਦਾ ਕੰਮ ਅਤੇ ਬਹੁਤ ਹੀ ਵਧੀਆ ਫੋਟੋਆਂ ਖਿੱਚਦੇ ਆ ਇਹਨਾਂ ਦਾ ਇੱਕ ਕਮਰਾ ਬਣਾਇਆ ਉੱਤੇ ਗੈਲ ਫੋਟੋ ਗੈਲਰੀ ਹੈ ਸਾਰੀ ਚਲੋ ਬੰਦ ਹੈ ਚਾਚੇ ਕੋਲ ਚਾਬੀ ਹੈ ਲੋਕਾਂ ਨੇ ਕਹਿਣਾ ਝੂਠ ਬੋਲਦੇ ਸੱਚੀ ਉਹਦਾ ਫੋਟੋਗ੍ਰਾਫਰ ਹੈਗਾ ਵਾ ਅਤੇ ਗੈਲਰੀ ਵਾਲੀ ਗੱਲ ਝੂਠੀ ਹੈ ਪਰ ਫੋਟੋਗ੍ਰਾਫਰ ਆ ਥੱਲੇ ਦੁਕਾਨ ਦੇਖਦੀ ਆਹ ਬੋਰਡ ਦੇਖਦਾ ਆਹ ਦੇਖੋ ਆਹ ਇਹਨਾਂ ਦੀ ਦੁਕਾਨ ਅਤੇ ਕਿਸੇ ਨੇ ਫੋਟੋ ਫੋਟੋ ਸ਼ੂਟ ਕਰਾਉਣਾ ਹੋਵੇ ਵਿਆਹ ਸ਼ਾਦੀਆਂ ਅਤੇ ਇਹਨਾਂ ਕੋਲ ਵੀ ਹੈਗੇ ਜਹਾਜ਼ੇ ਨਹੀਂ ਹੁੰਦੇ ਕੀ ਕਹਿੰਦੇ ਉਹਨਾਂ ਨੂੰ ਡਰੋਨ ਵੀ ਹੈਗੇ ਇਹਨਾਂ ਕੋਲ ਅਤੇ ਉਹ ਵੀ ਉਡਾਉਂਦਾ ਇਹ ਉਡਾ ਲੈਂਦਾ ਇਹ ਸਪੈਸ਼ਲਿਸਟ ਬਣ ਗਿਆ ਉਹਦਾ ਇਹਦੇ ਚਾਚੇ ਨੇ ਸਿਖਾਇਆ ਇਹਨੂੰ ਅਤੇ ਹੁਣ ਇਹਨੇ ਮੈਨੂੰ ਸਿਖਾਉਣਾ ਅਤੇ ਮੈਂ ਕਿਤੇ ਕੰਧ ਕੁੰਧ 'ਚ ਮਾਰ ਕੇ ਤੋੜ ਦੇਣਾ 1.5 ਲੱਖ ਦਾ ਭਰਾਵਾ ਨਾਲ ਹੀ ਤੇ ਜਾਨ ਨਿਕਲ ਗਈ ਇਹ ਤੋੜਨ ਦੀ ਗੱਲ ਹੀ ਕੀਤੀ ਅਤੇ ਸਤਿ ਸ਼੍ਰੀ ਅਕਾਲ ਲਓ ਜੀ ਮੁੰਡਾ ਆਪਣੀ ਜ਼ਬਾਨ 'ਤੇ ਪੂਰੀ ਕੀ ਕਹਿਣਾ ਹੁੰਦਾ ਮੁੰਡਾ ਆਪਣੀ ਜ਼ਬਾਨ 'ਤੇ ਰਿਹਾ ਅਤੇ ਪਾਸਤਾ ਲੈ ਕੇ ਆ ਗਿਆ ਬਹੁਤ ਹੀ ਅੱਛਾ ਪਾਸਤਾ ਲੱਗ ਰਿਹਾ ਹੈ ਮੁਝੇ ਕੋਰਨ ਵੀ ਡਾਲੇ ਹੈ ਬਾਈ ਕੋਰਨ ਹੀ ਕਹਿੰਦੇ ਨਾ ਇਹਨੂੰ ਮੂੰਗਫਲੀ ਦੇ ਦਾਣਿਆਂ ਨੂੰ ਕੋਰਨ ਸੋਰੀ ਛੱਲੀ ਦੇ ਦਾਣੇ ਸੋਰੀ ਆਈ ਐਮ ਰੀਅਲੀ ਸੋਰੀ ਯਾਰ ਹਾਂਜੀ ਮਿੱਤਰੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਹੁਣ ਦੇ ਲਈ ਇੰਨਾ ਹੀ ਜਲਦੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ